मीडिया का काम हुंदा सारे दिन विच जो भी वापरिया चाहे चंगा चाहे माड़ा पारदर्शिता दे नाल आम जनता नूं दिखाना, पर सोने ते सुहागा उदों हो जांदा है जद मीडिया ये भी सोच लवे कि मैं मसले नूं नहीं है वधाउणा सगों मसले नूं है सुलझाउणा। विपत्ति नवां शहर देख रहे हो, मैं तुहाडा अपना परिवारक मैंबर दिनेश सिंह। दोस्तों तुसीं देख ही रहे हो पिछले दो चार दिनों तो विपत्ति भी हर पासे कोशिश करता है आम जनता दी, मैं किसी पोलीटिकल पार्टी की गल नहीं करता, आम जनता के जिहड़े मसले आ अगर अस उन्हां नूं सुलझा सकीए तां असीं अपने आप नूं वड्ड भागे समझदे। अज FCI तो एक खबर आई कि लग रहा सी जिवें उत्थे एक विवाद हो गया, डिस्प्यूट हो गया। असीं साडे नाल दो होर सीनियर पत्रकार पहुँचे, जब उत्थे जाके देखिया तां ट्रक ड्राइवर्स जिहड़े ट्रक तों बाहर सन, एक धिर ने दूजी धिर ते इल्जाम लगाया कि ट्रक विच गवर्नमेंट वल्लों पास है कि 180 कट्टे जिहड़े आ ਉਹ ਲੋਡ ਕੀਤੇ ਜਾ ਸਕਦੇ ਆ, ਪਰ ਹਾਲ ਦੀ ਘੜੀ FCI ਦੇ ਅੰਦਰ 220 ਕੱਟੇ ਆ ਜਿਹੜੇ ਉਹ ਟਰੱਕ ਵਿੱਚ ਲੋਡ ਕੀਤੇ ਜਾਂਦੇ ਆ। ਹੋਰ ਵੀ ਜਿਹੜੀਆਂ ਉਹਨਾਂ ਨੇ ਕਮੀਆਂ ਪੇਸ਼ੀਆਂ ਆ ਜਾਂ ਹੋਰ ਵੀ ਜਿਹੜਾ ਮਿਸਯੂਜ਼ ਹਾਲ ਦੀ ਘੜੀ ਹੋ ਰਿਹਾ ਉਹਨਾਂ ਦੇ ਮੁਤਾਬਿਕ ਦੱਸਿਆ, ਅਸੀਂ ਉਹ ਸੁਣਿਆ ਔਰ ਤੁਹਾਡੇ ਸਨਮੁਖ ਵੀ ਕਰ ਦੇਵਾਂਗੇ। ਪਰ ਉਸ ਤੋਂ ਬਾਅਦ ਜਦੋਂ ਅਫੀਸ਼ੀਅਲਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਅਫੀਸ਼ੀਅਲ ਨੇ ਕਿਹਾ ਕਿ ਮੈਂ ਤਾਂ ਰੀਸੈਂਟਲੀ ਜੁਆਇਨ ਕੀਤਾ, ਲੇਕਿਨ ਜਦ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਇੱਕ ਗਜਟ ਮੇਰੇ ਕੋਲ ਵੀ ਹੈ ਜਿਹਦੇ ਆਧਾਰ 'ਤੇ ਅਸੀਂ ਟਰੱਕ ਵਿੱਚ 230 ਜਿਹੜੇ ਆ ਕੱਟੇ ਆ ਉਹ ਡਾਊਨਲੋਡ ਕਰ ਸਕਦੇ ਹਾਂ, ਪਰ ਅਸੀਂ ਤਾਂ ਫਿਰ ਵੀ 220 ਕਰਦੇ ਹਾਂ। ਇਹ ਸਾਰੀ ਸਿਚੁਏਸ਼ਨ ਤੁਹਾਨੂੰ ਅਸੀਂ ਇੱਕ ਇੱਕ ਕਰਕੇ ਦਿਖਾ ਦੇਣੀ ਆ, ਪਰ ਖੁਸ਼ੀ ਉਸ ਵੇਲੇ ਹੋਈ ਜਦੋਂ ਅਸੀਂ ਦੋਨੇ ਪੱਖ ਸੁਣ ਲਏ ਅਤੇ ਜਿਹੜੇ ਟਰੱਕ ਡਰਾਈਵਰ ਟਰੱਕਾਂ ਦੇ ਬਾਹਰ ਖੜ੍ਹੇ ਸਨ, ਫਿਰ 1 by 1 ਉਹ ਜਿਹੜੇ ਟਰੱਕ ਆ ਉਹ ਲਾਈਨ 'ਚ ਲੈ ਕੇ ਜਾਣ ਲੱਗ ਗਏ ਕਿਉਂਕਿ ਸਪੈਸ਼ਲ ਲੱਗੀ ਹੋਈ ਸੀ ਅਤੇ ਉਹਨਾਂ ਨੇ ਜਿਹੜੇ ਟਰੱਕ ਆ ਉਹਦੇ ਨੇੜੇ ਪਹੁੰਚਾਉਣੇ ਸਨ। ਤਾਂ ਖੁਸ਼ੀ ਇਹੀ ਹੁੰਦੀ ਹੈ ਜਦੋਂ ਮਸਲਾ ਦੋਨੇ ਪੱਖਾਂ ਦਾ ਸੁਣਿਆ ਜਾਵੇ ਅਤੇ ਮਸਲਾ ਸੁਲਝ ਵੀ ਜਾਵੇ। ਤੁਸੀਂ ਪੂਰੀਆਂ ਤਸਵੀਰਾਂ ਦੇਖੋ, ਤੁਹਾਨੂੰ ਸਮਝ ਆ ਜਾਏਗੀ ਕਿ ਅੱਜ FCI ਵਿਖੇ ਹੋਇਆ ਕੀ। ਮੇਰਾ ਨਾਮ ਕੇਵਲ ਕ੍ਰਿਸ਼ਨ ਅਤੇ ਮੈਂ ਨਾ ਓਵਰਲੋਡ ਪਾਉਂਦੇ ਮਾਲ FCI ਵਾਲੇ, ਅਤੇ ਜਿੰਨੀਆਂ ਵੀ ਗੱਡੀਆਂ ਪਾਸ ਹੈ ਉਨਾ ਹੀ ਮਾਲ ਪਾਉਣ, ਨੌ ਟਨ ਪਾ ਮਾਲ ਪਾਉਣ। ਇਹ ਪਾਉਂਦੇ ਆ 220 ਕੱਟੇ, ਪਰ ਇੰਨਾ ਗੱਡੀਆਂ ਦੀ ਕਪੈਸਿਟੀ ਹੈ ਨਹੀਂ। ਅਸੀਂ ਅਫਸਰਾਂ ਤੋਂ ਇਹ ਮੰਗ ਕਰਦੇ ਹਾਂ, ਠੀਕ ਹੈ। ਅਸੀਂ RTI ਵੀ ਪਾਈ ਹੈ ਅਤੇ ਹਾਈ ਕੋਰਟ ਦੇ ਵੀ ਔਡਰ ਹੈ, ਠੀਕ ਹੈ ਜੀ। ਜਵਾਬ ਨਹੀਂ ਦਿੱਤਾ, ਠੀਕ ਹੈ ਜੀ। ਤੇ ਮੈਂ ਕੱਲ ਇਹਨਾਂ ਨੂੰ ਮਿਲਿਆ ਸੀਗਾ, ਮੈਂ ਕਿਹਾ ਜੀ ਸਵੇਰ ਨੂੰ ਸਪੈਸ਼ਲ ਲੱਗਣੀ ਹੈ, ਤੁਸੀਂ ਜਿਹੜਾ ਓਵਰਲੋਡ ਮਾਲ ਹੈ ਉਹ ਨਹੀਂ ਪਾਉਣਾ ਹੈਗਾ। ਇਹ ਕਹਿੰਦੇ ਕੋਈ ਨਹੀਂ ਅਸੀਂ ਕਰ ਦਾਂਗੇ। ਪਰ ਅੱਜ ਟਰੱਕਾਂ ਦੇ ਵਿੱਚ ਮਾਲ ਕਿੰਨਾ ਹੁਣ ਇਹਨਾਂ 'ਚ ਟਰੱਕਾਂ 'ਚ 220 ਕੱਟੇ ਆ, ਓਵਰਲੋਡ ਮਾਲ ਹੈ ਸਾਰੀਆਂ ਗੱਡੀਆਂ 'ਚ ਪਾਇਆ। ਪਰ ਇਹ ਪਾਸ ਹੈ ਨਹੀਂ, ਇੱਥੇ ਲਿਖਿਆ ਮਿਲੀ ਭੁਗਤ ਨਾ ਓਵਰਲੋਡ ਕੀਤਾ ਜਾਂਦਾ, ਉਹਨੂੰ ਥੋੜ੍ਹਾ ਕਲੀਅਰ ਕਰੋ। ਹਾਂਜੀ, ਮਿਲੀ ਭੁਗਤ ਕਿਹਦਾ, ਥੋੜ੍ਹਾ ਕਲੀਅਰ ਕਰੋ। ਮਿਲੀ ਭੁਗਤ ਨਾਲੇ ਹੁੰਦਾ ਜੀ, FCI ਦੇ ਜਿਹੜੇ ਸਾਰਾ ਸਟਾਫ ਹੈ ਨਾ ਜੀ, ਉਹ ਸਾਰਾ ਮਿਲੀ ਭੁਗਤ ਨਾਲ ਹੋ ਰਿਹਾ ਜੀ ਕੰਮ ਹੈ ਸਾਰਾ। ਗੱਡੀਆਂ ਵਾਲੇ ਤਾਂ ਚਾਹੁੰਦੇ ਨਹੀਂ ਹੈ ਸਾਨੂੰ ਇਹ ਓਵਰਲੋਡ ਮਾਲ ਪਾਉਣਾ, ਇਹਨਾਂ ਨੂੰ ਕਿਰਾਇਆ ਨੋਟ ਆਉਂਦਾ ਹੀ ਮਿਲਦਾ, ਕਿਉਂਕਿ ਫਿਰ ਇਹਨਾਂ ਦਾ ਕਿਰਾਇਆ ਘੱਟ ਜਾਣਾ। ਇਹਨਾਂ ਦਾ ਕਿਰਾਇਆ ਘੱਟਣਾ ਨਹੀਂ, ਇਹਨਾਂ ਨੂੰ ਕਿਰਾਇਆ ਉਨਾ ਹੀ ਮਿਲਦਾ, ਪਰ ਇਹਨਾਂ ਨੇ ਕੱਟੇ ਵਧਾ ਤੇ ਹੈ। ਜਿਹੜੇ ਠੇਕੇਦਾਰ ਹੈ ਉਹ ਟੈਂਡਰ ਘੱਟਦੇ ਪਾਈ ਜਾਂਦੇ, ਇਹਨਾਂ ਦਾ ਰੇਟ ਘਟਾਈ ਜਾਂਦੇ ਗਰੀਬਾਂ ਬੰਦੇ। ਕਿਰਾਇਆ ਕਿੰਨੇ ਕੱਟਿਆਂ ਦਾ ਮਿਲਦਾ? ਕਿਰਾਇਆ ਇਹਨਾਂ ਨੂੰ ਨੌ ਟਨ ਦਾ ਹੀ ਮਿਲਦਾ, ਟਨ ਲੋਡ 180 ਕੱਟਿਆਂ ਦਾ ਮਿਲਦਾ ਜੀ ਇਹਨਾਂ ਨੂੰ। ਤੇ ਲੋਡ ਕਿੰਨੇ ਟਨ ਦਾ ਹੈ ਤਾਂ ਹੁਣ ਜਿਹੜਾ ਐਟ ਪ੍ਰੈਜ਼ੈਂਟ? 12 ਟਨ ਇਹਨਾਂ ਨੇ ਪਾਇਆ ਵਾ, 220 ਕੱਟੇ ਹਨ। ਆਪਾਂ ਨਵਾਂ ਸ਼ਹਿਰ ਦੀ ਗੱਲ ਕਰੀਏ, ਹਾਂਜੀ ਹਾਂਜੀ, ਤਾਂ ਇਹ ਲੇਬਰ ਦੇ ਵਿੱਚ ਜਿਹੜਾ ਠੇਕੇਦਾਰ ਇਹ ਲੋਡਿੰਗ ਅਨਲੋਡਿੰਗ ਦਾ ਇਹ ਘਟਾਲਾ ਕਿੰਨੇ ਕੁ ਕਰੋੜ ਦਾ ਹੋਊਗਾ ਜੇ ਨਵਾਂ ਸ਼ਹਿਰ ਦੀ ਹੀ ਗੱਲ ਕਰੀਏ? ਇਹ ਤਾਂ ਕਰੋੜਾਂ ਰੁਪਏ ਦਾ ਘਟਾਲਾ ਜੀ ਇਹਨਾਂ ਨੇ ਕੀਤਾ ਜੀ। ਹਾਂਜੀ, ਅੰਦਾਜ਼ਾ ਕਿੰਨੇ ਕਰੋੜ ਦਾ ਠੇਕਾ ਹੈ ਨਵਾਂ ਸ਼ਹਿਰ? 4 ਕਰੋੜ ਦਾ ਤਾਂ ਮੰਡੀ 'ਚ ਹੋਇਆ ਜੀ ਘਟਾਲਾ, ਠੀਕ ਹੈ, ਜਿਹੜਾ ਮੰਡੀ 'ਚ ਹੋਇਆ। ਇਹ ਲੇਬਰ ਦਾ ਹੀ ਘਟਾਲਾ, ਯਾਨੀ ਲੇਬਰ ਨਾਲੇ ਟਰੱਕਾਂ ਦਾ ਹੀ ਘਟਾਲਾ ਜੀ ਇਹ।
ਗੱਡੀਆਂ ਵਾਲੇ ਨੂੰ ਘੱਟ ਦਿੰਦੇ ਜੀ ਇਹ। ਹਾਂਜੀ, ਡਰਾਈਵਰਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ? ਬਹੁਤ ਨੁਕਸਾਨ ਹੋ ਰਿਹਾ ਜੀ ਇਹਨਾਂ ਦਾ। ਦੱਸੋ ਜੀ, ਲੱਖ ਰੁਪਏ ਦਾ ਰੋਜ਼ ਦਾ ਨੁਕਸਾਨ ਹੁੰਦਾ ਜੀ ਡਰਾਈਵਰਾਂ ਦਾ, ਸਾਰੇ ਡਰਾਈਵਰਾਂ ਦਾ ਮਿਲਾ ਕੇ। ਹਾਂਜੀ, ਤੇ ਇਹ ਜਿਵੇਂ ਕਹਿ ਰਹੇ ਸੀਗੇ ਕਿ ਜਦੋਂ ਟਰੱਕ ਓਵਰਲੋਡ ਹੋ ਜਾਂਦਾ ਉਹਨਾਂ ਸੜਕਾਂ ਦਾ ਵੀ ਨੁਕਸਾਨ, ਸੜਕਾਂ ਦਾ ਵੀ ਨੁਕਸਾਨ ਹੈ ਜੀ, ਸਾਰਾ ਪ੍ਰਸ਼ਾਸਨ ਦਾ, ਗਵਰਨਮੈਂਟ ਦਾ ਸਾਰਾ ਨੁਕਸਾਨ ਹੈ ਜੀ। ਇਹਨਾਂ ਨੇ ਟੈਕਸ ਨਹੀਂ ਦਿੰਦੇ ਜੀ ਕੋਈ ਵੀ। ਕੰਟਰੋਲ 'ਚ ਚੱਲਦੀ ਹੈ ਤਾਂ 12 ਟਨ ਕਿਉਂਕਿ ਦੇਖੋ 9 ਟਨ ਤਾਂ ਪਾਸ ਹੈ। ਹਾਂਜੀ ਹਾਂਜੀ, 12 ਟਨ ਦਾ ਲੋਡ ਤੋਂ ਬਾਅਦ ਗੱਡੀ ਕੰਟਰੋਲ 'ਚ ਚੱਲਦੀ ਹੈ ਡਰਾਈਵਰ ਦੇ, ਜਾਨੀ ਨੁਕਸਾਨ ਵੀ ਹੋ ਸਕਦਾ ਜੀ, ਬ੍ਰੇਕ ਨਹੀਂ ਲੱਗਣੀ ਜੀ, ਰੁਕਣੇ ਦੇ ਧੱਕੇ ਨਾਲ ਮਾਲ ਪਾਉਂਦੇ ਜੀ ਇਹ। ਹਾਂਜੀ, ਹਾਂਜੀ, ਗੱਡੀਆਂ ਇੰਸ਼ੋਰੈਂਸ ਦੇ ਬਗੈਰ ਵੀ ਹੈ ਜੀ, ਪੇਪਰ ਹੈ ਨਹੀਂ ਕਿਸੇ ਦੇ। ਫਿਰ ਉਹ ਡਰਾਈਵਰ ਦੀ ਗਲਤੀ ਹੈ ਕਿ ਐਫਸੀਆਈ ਵਾਲਿਆਂ ਦੀ ਗਲਤੀ ਹੈ? ਐਫਸੀਆਈ ਵਾਲਿਆਂ ਦੀ ਗਲਤੀ ਹੈ ਜੀ। ਉਹ ਕਿਉਂ? ਡਰਾਈਵਰ ਦੀ ਗਲਤੀ, ਡਰਾਈਵਰ ਮੰਨ ਨਹੀਂ, ਡਰਾਈਵਰ ਦੀ ਕੋਈ ਗਲਤੀ ਨਹੀਂ। ਉਹ ਕਿਦਾਂ? ਡਰਾਈਵਰ ਜੇ ਕਹਿਣਗੇ ਤਾਂ ਹੀ ਕਰਾਊਗਾ ਇੰਸ਼ੋਰੈਂਸ, ਨਹੀਂ ਉਹ ਕਰਾਉਂਦੇ ਨਹੀਂ। ਆਪਣੇ ਫਾਇਦੇ ਲਈ ਤਾਂ ਆਪ ਵੀ ਕਰਾ ਸਕਦੇ ਆ ਨਾ? ਨਹੀਂ ਉਹ ਕਰਾ ਸਕਦੇ ਜੀ। ਹਾਂਜੀ, ਕਿਰਾਇਆ ਘੱਟ ਹੈ ਜੀ। ਆਰਸੀ ਗੱਡੀ ਦਾ ਆਰਸੀ ਵੀ ਨਹੀਂ ਫਿਰਦਾ ਜੀ? ਹੋ ਸਕਦਾ ਜੀ, ਨਹੀਂ ਵੀ ਹੈ ਗੱਡੀਆਂ ਦੀ ਆਰਸੀ, ਉਹ ਤਾਂ ਚੈੱਕ ਕਰਨੀ ਹੈ ਜੀ, ਐਫਸੀਆਈ ਨੇ ਕੰਮ ਚੈੱਕ ਕਰਨੀ ਹੈ ਜੀ। ਉਹ ਸਿਰਫ ਏ ਐਮ ਐਫ ਸੀ ਜਿਹੜੇ ਧੱਕੇ ਨਾਲ ਪਾ ਰਹੇ ਇਹਨਾਂ ਦੀ ਮਿਲੀ ਭੁਗਤ, ਇਹਨਾਂ ਦੀ ਮਿਲੀ ਭੁਗਤ ਜੀ। ਮੈਂ ਕਿਹਾ ਬਿਲਕੁਲ ਨਿਯਮ ਮੁਤਾਬਕ ਚੱਲੇ, ਜਿੰਨਾ ਗੱਡੀ ਟਨ ਪਾਸ ਹੈ ਉਨਾ ਗੱਡੀ 'ਚ ਮਾਲ ਪਾਵੇ, ਰੋਡ ਵਗੈਰਾ ਹੋਰ ਸਾਰਾ ਬੰਦਾ ਸੁਖਤਾ। ਐਸਾ ਯਹਾਂ ਪਰ ਕੁਛ ਨਹੀਂ ਹੈ, ਬਟ ਇਹ ਹੈ ਕਿ ਅਭੀ ਉਨਕੋ ਦੋ ਤਿੰਨ ਚਾਰ ਦਿਨ ਪਹਿਲੇ ਮੈਂ ਜੁਆਇਨ ਕੀਆ ਹੂੰ। ਅੱਛਾ, ਹਾਂ, ਮੈਂ ਵਾਰਾਣਸੀ ਯੂਪੀ ਸੇ ਬਿਲੋਂਗ ਕਰਤੇ ਹੈ। ਅੱਛਾ, ਤੋ ਜੈਸਾ ਕਿ ਅਗਰ ਐਸਾ ਕੁਛ ਹੋਗਾ ਤੋ ਉਸਕੋ ਹਮ ਦੂਰ ਕਰ ਲੇਂਗੇ। ਅਭੀ ਹਮਕੋ ਇਸ ਚੀਜ਼ ਕੀ ਮਤਲਬ ਇਸ ਯਾਤਰਾ ਹੀ ਨਹੀਂ ਹੈ। ਮਤਲਬ ਲੋਡਿੰਗ ਕਿਸ ਕੀ ਨਿਗਰਾਨੀ ਮੇਂ ਹੋ ਰਹੀ ਹੈ? ਮੇਰੀ ਮੇਰੀ ਨਿਗਰਾਨੀ ਹੋ ਰਹੀ ਹੈ। ਅੱਛਾ, ਮਤਲਬ ਚਲਿਏ ਜੀ, ਉਹ ਤੋਂ ਇਹ ਕਹਿ ਰਹੇ ਹੈ ਕਿ ਆਪ ਮੌਕੇ ਪਰ ਅਭੀ ਚੈੱਕ ਕਰ ਲੀਜੀਏ, ਇਹ ਜੋ ਗਾੜੀ ਮੇਂ 9 ਟਨ ਮਾਲ ਆ ਸਕਤਾ ਹੈ ਜੀ, ਉਸ ਮੇਂ ਅਭੀ ਦੇਖ ਲੀਜੀਏ ਕਿਸੀ ਵੀ ਗਾੜੀ ਮੇਂ, ਤੋ ਇਸ ਸਮੇਂ 12-12 ਟਨ ਡਾਲਾ ਹੋਇਆ ਹੈ, ਤੋ ਇਸ ਵਜ੍ਹਾ ਸੇ ਜੋ ਮੰਨ ਲੀਜੀਏ 9 ਟਨ ਕਾ ਭਾੜਾ ਹੈ, ਬਲਕਿ 12 ਟਨ ਕਾ, 3 ਟਨ ਕੇ ਭਾੜੇ ਕਾ ਠੇਕੇਦਾਰ ਔਰ ਕੁਛ ਮਲੀ ਭਗਤ ਕਰ ਰਹੇ ਹੈ ਅਧਿਕਾਰੀ? ਨਹੀਂ ਸਰ, ਐਸਾ ਕੁਛ ਨਹੀਂ ਹੈ। ਐਸਾ ਆਪ ਅਭੀ ਚੈੱਕ ਕਰ, ਠੇਕੇਦਾਰ ਨੂੰ ਬੁਲਾ ਸਕਦੇ ਹੈਂ? ਪੁੱਛ ਸਕਦੇ ਹਾਂ, ਬਿਲਕੁਲ ਪੁੱਛ ਸਕਦੇ ਹਾਂ। ਜੇ ਸਰ ਉਹ ਵੀ ਨਹੀਂ ਹੋ ਰਿਹਾ ਜਿਵੇਂ ਕਹਿ ਰਹੇ ਆ, 180 ਕੱਟੇ ਹੋ ਕਹਿੰਦੇ ਹੋਣੇ ਚਾਹੀਦੇ, ਲੇਕਿਨ 220 ਕੱਟੇ ਆ, ਦੇਖ ਟਨ ਦੇ ਵੀ ਨਹੀਂ ਕਾਊਂਟ ਹੁੰਦਾ, ਤਾਂ ਕੱਟੇ ਦੇਖ ਲਓ। ਨਹੀਂ, ਉਹ ਟਨ ਤਾਂ ਕਾਊਂਟ ਹੁੰਦਾ ਹੈ, ਕੱਟੇ ਕੀ ਬਾਤ, ਅਪ ਡਾਊਨ ਹੋ ਸਕਦਾ, 50 ਕਿਲੋ ਕੱਟਣ ਹੋਤਾ ਹੈ, ਉਹ ਤਾਂ 9 ਟਨ ਹੋ ਗਿਆ। ਮਤਲਬ ਉਹਨਾਂ ਦਾ ਕਹਿਣਾ ਇਹ ਕਿ 180 ਹੋਣੀ ਚਾਹੀਦੀ, 40 ਕੱਟੇ ਐਕਸਟਰਾ। ਹਾਂ, 40 ਨਹੀਂ, ਐਸੇ ਨਹੀਂ ਹੈ, ਅਭੀ ਪਤਾ ਕਰਕੇ ਜੋ ਹੈ, ਜੋ ਕਿਰਾਏ ਨੂੰ ਲੋਕੋ 9 ਟਨ ਕਾ ਮਿਲਤਾ ਹੈ ਨਾ, ਕਿਰਾਏ 9 ਟਨ ਮਿਲਤਾ ਹੈ, ਮਾਲ ਅਨਲੋਡ ਜ਼ਿਆਦਾ ਲੋਡ ਕੀਆ ਜਾ ਰਿਹਾ ਉਸਮੇ? ਅਭੀ ਜੈਸਾ ਬਤਾਇਆ ਹੈ ਕਿ ਐਸਾ ਕੁਛ ਨਹੀਂ ਹੋਤਾ ਹੈ, ਅਗਰ ਆਪ ਕਹਿ ਰਹੇ ਹੈ ਤੋ ਇਸਕੋ ਹਮ ਦੇਖ ਲੇਤੇ ਹੈਂ। ਨਹੀਂ, ਜਬ ਸਰਕਾਰ ਕੀ ਹਿਦਾਇਤ ਹੈ ਕਿ ਮੈਨੇ ਹਾਈਕੋਰਟ ਕਾ ਆਰਡਰ ਹੈ ਕਿ 9 ਟਨ ਸੇ ਜ਼ਿਆਦਾ ਲੋਡ ਨਹੀਂ ਹੋਣਾ ਚਾਹੀਏ, ਫਿਰ ਜ਼ਿਆਦਾ ਮਾਲ ਕਿਉਂ ਲੋਡ ਕੀਆ ਜਾ ਰਿਹਾ? ਨਹੀਂ, ਕੀਆ ਨਹੀਂ ਜਾ ਰਿਹਾ, ਐਸਾ ਕੁਛ ਨਹੀਂ ਹੋ ਰਿਹਾ। ਮਨੋਜ ਜੀ, ਆਪ ਸੁਣੇ ਨਾ, ਆਪ ਯਹਾਂ ਹੈ, ਟਰੱਕ ਬਾਹਰ ਖੜਾ ਹੈ, ਉਸਮੇ ਦਿਖ ਰਹੇ ਹੈਂ 220 ਕੱਟੇ, ਓਵਰਲੋਡਿੰਗ ਹੈ, ਉਹ ਕਹਿ ਰਿਹਾ ਗਿੱਲੀ ਜੀ ਆਪ ਕੱਟਾ, ਇਹ 220 ਹੈ ਜਾਂ 230 ਹੈ, ਜਬਕਿ 180 ਕੇ ਹਿਸਾਬ ਸੇ 9 ਟਨ ਬਣਤਾ ਹੈ। ਚੈੱਕ ਕਰ ਲੇਤੇ ਸਰ, ਆਜੀ ਹਮਾਰਾ ਵੀ ਫਰਜ਼ ਹੈ ਕਿ ਆਪਸੇ ਪੁੱਛ ਲੇ। ਨਹੀਂ, ਬਹੁਤ ਆਪਨੇ ਅੱਛਾ ਕੀਆ, ਐਸਾ ਨਹੀਂ ਹੋਗਾ, ਅਗਰ ਹੋ ਰਹਾ ਹੈ ਤੋ ਉਸਕੋ ਐਸਾ ਨਹੀਂ ਹੋਣਾ ਚਾਹੀਏ, ਠੀਕ ਹੈ? ਚੈੱਕ ਕਰ ਲੇਤੇ ਸਰ, ਆਪ ਨਹੀਂ, ਆਪ ਕਹੇ ਗਲਤ ਹੈ। ਨਹੀਂ, ਵੇਟ ਕਰ ਲੀਜੀਏ, ਨਹੀਂ ਆਪ ਕਹੇ, ਗੰਡਾ ਤੋ ਇਹੀ ਪਿਆ ਨਾ। ਹਾਂ, ਠੀਕ ਹੈ, ਬਟ ਐਸਾ ਹੈ ਕਿ ਅਗਰ ਐਸਾ ਹੋਤਾ ਹੈ ਤੋ ਨਹੀਂ ਹੋਗਾ, ਅਭੀ ਬਤਾ ਰਹੇ 2-3 ਦਿਨ ਪਹਿਲੇ ਜੁਆਇਨ ਕੀਆ ਤੋ ਥੋੜ੍ਹਾ ਸਮਝਣੇ ਮੇਂ ਸਮੇਂ ਲਗੇਗਾ, ਐਸਾ ਨਹੀਂ ਹੋਗਾ। ਮੇਰਾ ਨਾਮ ਜਸਪਾਲ ਹੈ ਜੀ। ਠੀਕ ਹੈ, ਜਸਪਾਲ ਮੇਰਾ ਨਾਮ ਹੈ ਜੀ। ਅਸੀਂ ਐਫਸੀਆਈ ਨਵਾਂ ਸ਼ਹਿਰ ਦੇ ਵਿੱਚ ਸਾਡਾ ਠੇਕਾ ਚੱਲ ਰਿਹਾ ਜੀ, ਕੁਝ ਲੋਕਾਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਜੀ, ਕਿਉਂਕਿ ਨਾ ਤਾਂ ਇੱਥੇ ਕਿਸੇ ਨੂੰ ਹੋਰ ਨੂੰ ਪ੍ਰੋਬਲਮ ਹੈ ਸਰ, ਅਸੀਂ ਭਾਰਤ ਸਰਕਾਰ ਦੇ ਗਜਟ ਅਨੁਸਾਰ ਅਤੇ ਪੰਜਾਬ ਦੇ ਵਿੱਚ ਜੋ ਮਾਲ ਪੈ ਰਿਹਾ ਉਹਦੇ ਨਾਲੋਂ ਅਸੀਂ 1 ਟਨ ਘੱਟ ਮਾਲ ਪਾ ਕੇ ਲੋਡਿੰਗ ਕਰ ਰਹੇ ਹਾਂ। ਕੁਝ ਲੋਕਾਂ ਦੇ ਨਾਮ ਅਸੀਂ ਮਾਨਯੋਗ DC ਸਾਹਿਬ ਦੇ ਕੋਲ ਵੀ ਅੱਜ ਬੇਨਤੀ ਪੱਤਰ ਦੇ ਕੇ ਆਏ ਹਾਂ, ਅਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਕੋਈ ਬਾਹਰਲਾ ਅਧਿਕਾਰੀ ਕੋਈ ਅਧਿਕਾਰ ਕੰਮ ਰੋਕਣ ਦਾ ਅਧਿਕਾਰ ਨਹੀਂ ਹੈਗਾ,
जो कि ये लोग जान बुझ के ब्लैकमेलिंग साढ़े नाल कर रहे हैं भी घट लोडिंग करके हो सू पैसे देन किन्ने टन है साढ़े 11 टन है जी असं 11 टन पा रहे हैं सर किन्ने घंटे लोड कर सकते हैं असं 230 कर सकते हैं सर असं 220 कर रहे हैं छोटी गड्डी तो वीड्डी 400 कर सकते हैं अं 370 कर जो पेपर है थोड़ा एक्सप्लेन करो भारत सरकार का गजट नवी अमेंडमेंट है सर अच्छा ये मुताबिक 230 कट्टे कर सकते हैं 230 कर सकते हैं अं 10 घट करते हैं ऑलरेडी आह पेपर जरा बारे भी एक्सप्लेन कर दो ये पेपर है ये मैं मान योग डीसी साहब को अभी बेनती पत्र दे के आए बंगा का ठेकेदार से नवाशहर अभी इकट्ठे होकर दे के आए जी उन्होंने भी सानू यह विश्वास दिया भी अपना काम करो फूड ग्रेन का काम है तो असं दस भी 9 घंटे सानू स्पैशल भरनी पैंती है तो वह कहते कोई नहीं काम करो तुम ये बारे किसी बहरले अधिकारी कोई हक नहीं जो होगा असं आप देखा कोई नहीं उन्होंने ड्यूटी लगाती हुई तो अब जो इतने विवाद हो तो कहना विवाद तो साडा विवाद कोई नहीं जी किसी का यह तो बहरले एक दो लोग आ के जान के परेशान कर रहे सब साडा कोई विवाद नहीं ना FCI का ना ट्रांसपोर्टर का ना किसी होर का जी साडा कोई विवाद नहीं किसी नाल चंगा भला काम चल रहा और मेरी स्पैशल खड़ी है जी लोडिंग होने लई साडा कोई विवाद नहीं सर साडा सारे बंदे ठीक है जी सर खबर जी देख ली है स्टार्टिंग जी पार्टी मौजूद सी ड्राइवर भी मौजूद सन कह रहे सन कि 220 कट्टे लोड किए जाते हैं जबकि 180 पास है पर जब असी अंदर गल कर गए तो ठेकेदार ने गजट दिखा दिता बेचे पास आ कि 220 कट्टे आ जोड़े वो लोड कर सकते हैं और असी तो 10 कट्टे घट लोड करते हैं और उस तो अगेली अगर गल करिए उन्होंने भी क्या कि अज मैं मानयोग DC साहब न भी जाके एक अपनी पत्र दे के आया एक अपनी लिखती शिकायत दे के आया कि अगर साडा कोई नुकसान होया तो दूजी तर जिम्मेवार होगी पर हाल की घड़ी ट्रक जोड़े आ चल पे आ पिछे दिखा दो जी जोड़े ट्रक ने मूव कर रहे हैं वह लाइन वाइज लगे हुए हैं तो मसला जिहड़ा माड़ा मोटा शुरू होया सी वो हुण ठप हो गया वो रिजॉल्व हो गया ठेकेदार ने अपने कागज़ दिखा दिते है और जिहड़ा इशू पहला चक्या जा रहा सी मैं जिवें पहला कहा कि हुण शांत हो गया कम पहला वांग शुरू हो गया।